ਬਲਵੰਤ ਗਾਰਗੀ ਦੀ ਕਹਾਣੀ ਸ਼ਤਾਬਦੀ ਟਿਕਟ ਰੇਲਵੇ ਸ਼ਤਾਬਦੀ ਦੇ ਟਿਕਟਾਂ ਦਾ ਜ਼ੋਰ ਹੋਣ ਕਰਕੇ ਗੱਡੀ ਖਚਾਖਚ ਭਰੀ ਹੋਈ ਸੀ ਲੋਕਾਂ ਦੇ ਗੁੱਛੇ ਦੇ ਗੁੱਛੇ ਹੈਂਡਲਾਂ ਦੇ ਫੁੱਟਬੋਰਡਾਂ ਨਾਲ ਚੰਬੜੇ ਹੋਏ ਸਨ ਜਿਵੇਂ ਗੁੜ ਦੀ ਭੇਲੀ ਨਾਲ ਮੱਖੀਆਂ ਚੰਬੜੀਆਂ ਹੋਈਆਂ ਹੁੰਦੀਆਂ ਗਾਰਡਨਿੰਗ ਸੀਟੀ ਮਾਰੀ ਇੰਜਨ ਨੇ ਪਾਪ ਛੱਡੀ ਤੇ ਗੱਡੀ ਦੇ ਪਹੀਆਂ ਵਿੱਚ ਜੰਮਿਆ ਹੋਇਆ ਰਾਗ ਜਾਗ ਪਿਆ ਗੱਡੀ ਕੂਕਾ ਮਾਰਦੀ ਧੂੜ ਉਡਾਉਂਦੀ ਹੋਈ ਨੱਸੀ ਜਾ ਰਹੀ ਸੀ ਬਾਰੀਆਂ ਦੇ ਫੱਟੇ ਹਿੱਲਣ ਤੇ ਖੜਕਣ ਲੱਗੇ ਘੜੇ ਭਾਂਡੇ ਬੂਰੀਆਂ ਬਿਸਤਰੀ ਨਵਾਰ ਦੇ ਪਿੰਨੇ ਪੋਟਲੀਆਂ ਹੁੱਕੇ ਤੀਵੀਆਂ ਆਦਮੀ ਵੀ ਹਿੱਲਣ ਤੇ ਇੱਕ ਦੂਜੇ 'ਚ ਵੱਜਣ ਲੱਗੇ ਮਾਸਟਰ ਰਾਲਾ ਰਾਮ ਨੂੰ ਵੀ ਭੀੜ 'ਚ ਧੱਕੇ ਵੱਜੇ ਤੇ ਉਹਦਾ ਸਿਰ ਵੀ ਇੱਕ ਪਹਿਲਵਾਨ ਦੇ ਹਦਵਾਣੇ ਵਰਗੇ ਵੱਡੇ ਗੋਲ ਸਿਰ ਨਾਲ ਜਾ ਵੱਜਿਆ ਭੀੜ ਦੀ ਖੁਆਖਿੰਜੀ 'ਚ ਰਾਲਾ ਰਾਮ ਦੀ ਕਮੀਜ਼ ਦੀ ਪੂਰੀ ਬਾਹ ਉੱਡ ਗਈ ਸੀ ਉਹਦੇ ਚਿਹਰੇ ਉੱਤੇ ਦੋ ਦਿਨਾਂ ਦੀ ਅੱਧ ਚਿੱਟੀ ਸੂਲਾਂ ਵਰਗੀ ਤਿੱਖੀ ਦਾੜ੍ਹੀ ਉੱਗੀ ਹੋਈ ਸੀ ਉਹਦੇ ਗੰਗੇ ਸਿਰ ਉੱਤੋਂ ਜੋ ਕਮਾਏ ਹੋਏ ਚੰਮ ਵਾਂਗ ਕੂਲਾ ਤੇ ਪੀਲਾ ਸੀ ਮੁੜਕੇ ਦੀਆਂ ਕਣੀਆਂ ਤਿਲਕ ਰਹੀਆਂ ਸਨ ਤੇ ਉਹਦੇ ਮੋٹے ਸ਼ੀਸ਼ਿਆਂ ਵਾਲੀ ਐਨਕ ਉਹਦੇ ਨੱਕ ਤੋਂ ਜਿੱਥੇ ਇੱਕ ਵੱਡਾ ਬੈਂਗਣੀ ਦਾਗ ਪਿਆ ਸੀ ਖਿਸਕ ਗਈ ਸੀ ਭੀੜ ਚ ਦਰੜਿਆ ਹੋਇਆ ਉਹ ਹੌਲੀ-ਹੌਲੀ ਬੁਰੜਾ ਆ ਰਿਹਾ ਸੀ ਓਏ ਉਹ ਮੈਨੂੰ ਥਾਂ ਦਿਓ ਮੇਰੀਆਂ ਹੱਡੀਆਂ ਉਹ ਰਤਾ ਕੋ ਥਾਂ ਦਿਓ ਮੇਰੀਆਂ ਹੱਡੀਆਂ ਹੂੰ ਡੱਬਾ ਅੰਦਰੋਂ ਪੱਠ ਵਾਂਗ ਤਪ ਰਿਹਾ ਸੀ ਬਹੁਤ ਗਰਮੀ ਸੀ ਪੀਲੀ ਜ਼ਰਦ ਗਰਮੀ ਜਿੱਦ ਤੋਂ ਗੰਧਕ ਤੇ ਤਜ਼ਾਬ ਦਾ ਧੂੰ ਉੱਠ ਰਿਹਾ ਸੀ ਲੋਕ ਖੰਗਦੇ ਸਾਨੋਵਾਸੀਆਂ ਲੈਂਦੇ ਸਨ ਦਾਣੇ ਚੱਪਦੇ ਹੋਏ ਜਨੌਰਾਂ ਵਾਂਗ ਮਗਜਾਲੀ ਮਾਰਦੇ ਸਨ ਉਹਨਾਂ ਦੀਆਂ ਕੱਚਾਂ ਦੀ ਬੋ ਪਸੀਨੇ ਦੇ ਭੇੜੇ ਦੰਦਾਂ ਦੀ ਹਵਾੜੇ ਹੋਂ ਸੀ ਜਿਵੇਂ ਭੇਡਾਂ ਬੱਕਰੀਆਂ ਦੇ ਵਾੜੇ ਦੀ ਬਾਸ ਹੁੰਦੀ ਹੈ ਖੱਟੀ-ਖੱਟੀ ਬੋ ਮਿੰਗਣਾ ਤੇ ਗਿੱਲੀ ਜੱਤ ਦੀ ਬੋ ਇਸ ਪੰਘਰੀ ਹੋਈ ਬੋ ਤੇ ਗਿਜਗਿਜੀ ਗਰਮੀ 'ਚ ਸਭ ਲੋਕ ਇੱਕ ਦੂਜੇ ਨਾਲ ਚਿਪ ਗਏ ਸਨ ਜੇ ਕੋਈ ਮੁਸਾਫਰ ਇੱਕੋ ਥਾਂ ਖੜੋਤਾ ਖੜੋਤਾ ਥੱਕ ਜਾਂਦਾ ਉਹਨੂੰ ਆਪਣਾ ਕੋਈ ਅੰਗ ਬਾਹ ਹਲਾਉਣਾ ਹੁੰਦਾ ਤਾਂ 10 ਮੁਸਾਫਰਾਂ ਨੂੰ ਆਪਣੇ ਗੋਡੇ, ਵੱਖੀਆਂ, ਸਿਰ, ਮੋਢੇ ਤੇ ਅਰਕਾਂ ਨਵੇਂ ਸਿਰਿਓਂ ਇੱਕ ਦੂਜੇ ਨਾਲ ਮਿਲਣੀਆਂ ਪੈਂਦੀਆਂ। ਰਲਾ ਰਾਮ ਫੇਰ ਬੁਰੜਾ ਆ ਮੇਰੀ ਲੱਤ ਸੌਂ ਗਈ ਓਏ ਰਤਾ ਕੋਈ ਪਾਸਾ ਮਾਰਿਓ ਮੇਰੀਆਂ ਹੱਡੀਆਂ ਹੂੰ ਕਿਸੇ ਨੇ ਉਹਦੀ ਗੱਲ ਨਾ ਸੁਣੀ। ਲੋਕਾਂ ਦੇ ਰੌਲੇ, ਪਈਆਂ ਦੀ ਖੜਖੜ ਤੇ ਭਾਫ਼ ਦੇ ਘੁਰਾੜਿਆਂ ਦੇ ਨੇ ਰਲਾ ਰਾਮ ਦੀ ਆਵਾਜ਼ ਨੂੰ ਦਬ ਲਿਆ ਮਾਸਟਰ ਰਲਾ ਰਾਮ ساری ਉਮਰ ਇੱਕ ਪਿੰਡ 'ਚ ਮੁੰਡਿਆਂ ਨੂੰ ਜਿਓਗ੍ਰਾਫੀ ਪੜਾਉਂਦਾ ਰਿਹਾ ਸੀ 30 ਵਰੇ ਹੋਏ ਉਹਨੇ 12 ਰੁਪਏ ਮਹੀਨੇ ਤੇ ਸਕੂਲ 'ਚ ਪੜਾਉਣਾ ਸ਼ੁਰੂ ਕੀਤਾ ਸੀ ਤੇ ਜਦੋਂ ਦੀ ਤਨਖਾਹ ਹੌਲੀ-ਹੌਲੀ ਤਰੱਕੀ ਕਰਦੇ 40 ਰੁਪਏ ਤੀਕ ਪੁੱਜ ਗਈ ਤਾਂ ਅੱਗੇ ਤਰੱਕੀ ਠੱਪੀ ਗਈ ਸਿਰਫ 8ਵੀਂ ਪਾਸ ਹੋਣ ਕਰਕੇ ਵਿਦਿਅਕ ਵਿਭਾਗ ਦੇ ਨਿਯਮ ਅਨੁਸਾਰ ਉਹਨੂੰ ਇਸ ਤੋਂ ਵੱਧ ਤਨਖਾਹ ਨਹੀਂ ਸੀ ਮਿਲ ਸਕਦੀ ਪਿਛਲੇ 15 ਵਰਿਆਂ ਤੋਂ ਉਹਦੀ ਤਨਖਾਹ 'ਚ ਉਹਨੇ ਆਪਣੀਆਂ ਦੋ ਧੀਆਂ ਦਾ ਵਿਆਹ ਕੀਤਾ ਆਪਣੇ ਪੁੱਤ ਨੂੰ 10ਵੀਂ ਪਾਸ ਕਰਾ ਕੇ ਨੇੜੇ ਡਾਕਖਾਨੇ 'ਚ ਨੌਕਰੀ ਲੱਭ ਦਿੱਤੀ ਸੀ ਪਰ ਜਦ ਲਾਮ ਲੱਗੀ ਤਾਂ ਉਹਦਾ ਗੁਜ਼ਾਰਾ ਹੋਣਾ ਔਖਾ ਹੋ ਗਿਆ ਭਾਵੇਂ ਉਹਦੀ ਤਨਖਾਹ 'ਚ ਮਹਿੰਗਾਈ ਪੱਤਾ 18 ਰੁਪਏ ਹੋਰ ਵਧ ਗਿਆ ਸੀ ਪਰ ਚੀਜ਼ਾਂ ਦੇ ਭਾਅ ਚੌਗਣੇ ਹੋ ਗਏ ਸਨ ਜੰਗ ਨਾਲ ਭੁੱਖ ਤੇ ਕਾਲ ਵੀ ਆਏ ਕਿਸੇ ਵੇਲੇ ਰਲਾਰਾਮ ਦਾ ਪਿੰਡ 'ਚ ਬੜਾ ਦਬਦਬਾ ਸੀ ਬੜਾ ਮਾਨ ਤਾਨ ਸੀ ਜੰਗ ਤੇ ਮਹਿੰਗਾਈ ਨੇ ਸਮਾਜ ਦੇ ਢਾਂਚੇ ਤੇ ਲੋਕਾਂ ਦੇ ਵਿਹਾਰ ਤੇ ਆਪਸ ਵਿੱਚ ਦੇ ਮੂੰਹ ਮਲਾਜੇ ਤੇ ਤਲਕਾਤ ਉਤੇ ਭਰਵੀ ਸੱਟ ਮਾਰੀ ਲੋਕਾਂ ਚ ਵਧੇਰੇ ਕਾਰੋਬਾਰੀ ਰੁਚੀ ਪਸਰ ਜਾਣ ਕਰਕੇ ਪਿੰਡ ਦੇ ਲੋਕਾਂ ਦੀ ਉਹ ਉਦਾਰਤਾ ਤੇ ਬੇਲਾਗ ਸੇਵਾ ਜਿਸ ਉਤੇ ਮਾਸਟਰ ਰਾਲाराम ਸਾਦਾ ਫਖਰ ਕਰਿਆ ਕਰਦਾ ਸੀ ਜਾਂਦੀ ਰਹੀ ਸੀ ਤੇ ਹੁਣ ਉਹ ਖਾਲੀ ਨੜੇ ਵਾਂਗ ਰਹਿ ਗਿਆ ਸੀ ਜਿਸ ਦੇ ਦਿਵਾਲੇ ਸੂਤ ਦੀ ਕੋਈ ਤੰਦ ਤਾਣ ਨਾ ਹੋਵੇ ਉਨੇ ਡੱਡੇ ਔਖੇ ਦਿਨ ਵੇਖੇ ਜਿਉਂ-ਜਿਉਂ ਸਾਲ ਲੰਘਦੇ ਗਏ ਉਹਦੀ ਆਰਥਿਕ ਹਾਲਤ ਨਿਗਰਦੀ ਗਈ ਫਿਰ ਵੀ ਇਸ ਨਾਲ ਉਹਦੇ ਜੀਵਨ ਉਤਸ਼ਾਹ 'ਚ ਕੋਈ ਫਰਕ ਨਾ ਆਇਆ ਉਹ ਮੁੰਡਿਆਂ ਨੂੰ ਜਿਓਗ੍ਰਾਫੀ ਆ ਉਸੇ ਚਾਹ ਤੇ ਜੋਸ਼ ਨਾਲ ਪੜਾਉਂਦਾ ਆਪਣੀ ਮੁੜੀ-ਤੁੜੀ ਖੁੰਡੀ ਨਾਲ ਉਹ ਕੰਧ ਉੱਤੇ ਲਮਕਦੇ ਨਕਸ਼ੇ ਨੂੰ ਛੂੰਹਦਾ ਤੇ ਉਸ ਉੱਤੇ ਉਲਿਖੀਆਂ ਨਿਖੀਆਂ ਨਿਖੀਆਂ ਵਰਨ ਸੁਵੰਨੀਆਂ ਲੀਕਾਂ ਦੇ ਅਰਥ ਦੱਸਦਾ ਕੋਹ ਹਿਮਾਲਿਆ ਤੇ ਕੋਹ ਸੁਲੇਮਾਨ ਦਾ ਮੁਕਾਬਲਾ ਕਰਦਾ ਇਹ ਤਰਾਈ ਦਾ ਇਲਾਕਾ ਹੈ ਇੱਥੋਂ ਦਰਿਆ ਨਿਕਲਦਾ ਹੈ ਇਹ ਪਹਾੜੀਆਂ ਦਾ ਇਲਾਕਾ ਹੈ ਤੇ ਫਿਰ ਡੈਲਟਾ ਬਣ ਕੇ ਸਮੁੰਦਰ 'ਚ ਡਿੱਗ ਪੈਂਦਾ ਹੈ ਰਹਿਲਾ ਰਾਮ ਨੇ ਪੰਜਾਬ ਦੇ ਦੋ ਦਰਿਆ ਵੇਖੇ ਸਨ ਸਤਲੁਜ ਤੇ ਬਿਆਸ ਪਰ ਉਹਨੇ ਪਹਾੜ ਤੇ ਸਮੁੰਦਰ ਕਦੀ ਨਹੀਂ ਸੀ ਵੇਖਿਆ ਦਰਿਆ ਕਿੱਥੋਂ ਨਿਕਲਦਾ ਹੈ ਕਿੱਥੇ ਜਾਂਦਾ ਹੈ ਇਹਦਾ ਗਿਆਨ ਉਹਨੂੰ ਇੰਨਾ ਹੀ ਸੀ ਜਿੰਨਾ ਕੰਧ ਉੱਤੇ ਲਮਕਦਾ ਹੋਇਆ ਨਕਸ਼ਾ ਦੱਸ ਸਕਦਾ ਸੀ ਇਸ ਤੋਂ ਬਾਅਦ ਉਹਨੇ ਸੀ ਜਾਣਦਾ ਕਈ ਵਾਰੀ ਜਦੋਂ ਮੁੰਡਿਆਂ ਨੂੰ ਧਰਤੀ ਦੀ ਮਹਾਨਤਾ ਉੱਤੇ ਭਾਸ਼ਣ ਦਿੰਦਾ ਤਾਂ ਉਹਦੀਆਂ ਅੱਖਾਂ ਇੱਕ ਆਤਮਿਕ ਖੁਸ਼ੀ ਨਾਲ ਦਗਣ ਲੱਗਦੀਆਂ ਬੜੀ ਜੋਸ਼ ਭਰੀ ਆਵਾਜ਼ ਚ ਆਖਦਾ ਇਹ ਧਰਤੀ ਕੁਦਰਤ ਨੇ ਕਿੰਨੀ ਸੋਹਣੀ ਬਣਾਈ ਹੈ ਇਹਦੇ ਦਰਿਆ ਪਹਾੜ ਸਮੁੰਦਰ ਸਭ ਸਾਡੇ ਲਈ ਹਨ ਮਨੁੱਖ ਹੌਲੀ ਹੌਲੀ ਕੁਦਰਤ ਦੀਆਂ ਇਹਨਾਂ ਤਾਕਤਾਂ ਨੂੰ ਜਿੱਤ ਰਿਹਾ ਤੇ ਆਪਣੇ ਵਾਸਤ ਕਰ ਰਿਹਾ ਹਜ਼ੂਰ ਦੇ ਖੰਗੂਰਾ ਮਾਰਦਾ ਤੇ ਫੇਰ ਆਖਦਾ ਮੇਰੇ ਬੱਚਿਓ ਸਾਡਾ ਦੇਸ਼ ਬਹੁਤ ਸੁੰਦਰ ਹੈ ਤੁਹਾਨੂੰ ਇਹਦੀ ਸੈਰ ਕਰਨੀ ਚਾਹੀਦੀ ਹੈ ਰਾਜ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਇਹਦੇ ਪਹਾੜ ਨਦੀਆਂ ਨਾਲੇ ਜੰਗਲ ਬੇਲੇ ਬਹੁਤ ਵਿਚਿੱਤਰ ਹਨ ਇਹਦੇ ਮੰਦਰ ਕਲਾ ਭਵਨ ਤੀਰਥ ਸਮੁੰਦਰ ਦੇ ਕੰਢੇ ਤੇ ਬਰਫਾਂ ਨਾਲ ਟਕੀਆਂ ਪਹਾੜਾਂ ਦੀਆਂ ਟੀਸੀਆਂ ਬਹੁਤ ਅਦਭੁਤ ਹਨ ਧਰਤੀ ਸਾਡੀ ਮਾਂ ਹੈ ਜੋ ਆਪਣੀ ਮਾਂ ਨੂੰ ਨਹੀਂ ਪਛਾਣਦਾ ਉਹ ਕਦੀ ਤਰੱਕੀ ਨਹੀਂ ਕਰ ਸਕਦਾ ਹਰ ਸਾਲ ਮਾਸਟਰ ਰਲाराम ਮੁੰਡਿਆ ਨੂੰ ਇਹ ਸਬਕ ਪੜਾਉਂਦਾ ਉਸੇ ਤਰ੍ਹਾਂ ਖੁੰਡੀ ਨਾਲ ਨਕਸ਼ੇ ਤੇ ਖਿੱਚੀਆਂ ਹੋਈਆਂ ਲੀਕਾਂ ਨੂੰ ਛੋਂਦਾ ਧਰਤੀ ਦੇ ਉੱਚੇ ਨੀਵੇਂ ਥਾਂ ਪਹਾੜ ਦਰਿਆ ਸਮੁੰਦਰ ਤੇ ਝੀਲਾਂ ਵਿਖਾਉਂਦਾ ਉਹਦੇ شاਗਿਰਦ ਮੂੰਹ ਅੱਡੀ ਇਸ ਚਾਰਜ ਭਰੇ ਨਕਸ਼ੇ ਵੱਲ ਤੱਕਦੇ ਜਿਸ ਅੰਦਰ ਜਹਾਨ ਭਰ ਦੀਆਂ ਥਾਵਾਂ ਲੁਕੀਆਂ ਪਈਆਂ ਹੁੰਦੀਆਂ ਸਨ ਮਾਸਟਰ ਅਲਾ ਰਾਮ ਇੱਕ ਮਲਾ ਵਾਂਗ ਹਰ ਸਾਲ ਵਿਦਿਆਰਥੀਆਂ ਦਾ ਪੂਰ ਬੇੜੀ 'ਚ ਬਿਠਾ ਕੇ ਇਸ ਕੰਡੇ ਤੋਂ ਦੂਜੇ ਕੰਡੇ ਲੈ ਜਾਂਦਾ ਤੇ ਮੁਰ ਪਰਤ ਆਉਂਦਾ ਉਹਦੇ ਵਿਦਿਆਰਥੀ ਇਸ ਨਦੀ ਨੂੰ ਪਾਰ ਕਰਕੇ ਪਰਲੇ ਕੰਡੇ ਉੱਤੇ ਚਲੇ ਜਾਂਦੇ ਤੇ ਕਾਲਜ 'ਚ ਦਾਖਲ ਹੋ ਕੇ ਡਿਗਰੀ ਪਾਸ ਕਰਕੇ ਆਪਣੇ ਆਪਣੇ ਕੰਮਾਂ 'ਚ ਰੁੱਝ ਜਾਂਦੇ ਕਈ ਵੱਡੇ ਸਰਕਾਰੀ ਅਫਸਰ ਲੱਗੇ ਸਨ ਤੇ ਕਈਆਂ ਨੇ ਉੱਚੀਆਂ ਪਦਵੀਆਂ ਤੇ ਅਹੁਦਿਆਂ ਨੂੰ ਸੰਭਾਲ ਲਿਆ ਸੀ ਪਰ ਮਾਸਟਰ ਰਾਲਾ ਰਾਮ ਜਿੱਥੇ ਸੀ ਉੱਥੇ ਹੀ ਰਿਹਾ ਕਈ ਵਾਰ ਮਾਸਟਰ ਰਾਲਾ ਰਾਮ ਦਾ ਦਿਲ ਪਿੰਡੋਂ ਦੂਰ ਜਾਣ ਲਈ ਤੇ ਪ੍ਰਸਿੱਧ ਥਾਵਾਂ ਵੇਖਣ ਲਈ ਲੋਚਦਾ ਨੜੀ ਮੂੰਹ ਚ ਲੈ ਕੇ ਉਹੱਕੇ ਦਾ ਲੰਮਾ ਸਾਰਾ ਘੁੱਟ ਭਰਦਾ ਤੇ ਆਖਦਾ ਅਗਲੇ ਸਾਲ ਈਸ਼ਵਰ ਸੁੱਖ ਰੱਖੇ ਮੈਂ ਜ਼ਰੂਰ ਕਿਸੇ ਪਹਾੜ ਤੇ ਜਾਵਾਂਗਾ ਬਦਰੀਨਾਥ ਜਾਂ ਕੇਦਾਰਨਾਥ ਕਿੰਨੇ ਸੁੰਦਰ ਪਹਾੜ ਹਨ ਨੇ ਕਈ ਵਾਰ ਉਹ ਦਿੱਲੀ ਜਾ ਕੇ ਪ੍ਰਸਿੱਧ ਇਤਿਹਾਸਿਕ ਥਾਵਾਂ ਵੇਖਣ ਤੇ ਫਿਰ ਬੰਬਈ ਜਾ ਕੇ ਸਮੁੰਦਰ ਤੱਕਣ ਦੇ ਪ੍ਰੋਗਰਾਮ ਵੀ ਬਣਾਉਂਦਾ ਉਹਨੇ ਕਦੀ ਸਮੁੰਦਰ ਨਹੀਂ ਸੀ ਤੱਕਿਆ ਸਮੁੰਦਰ ਬਾਰੇ ਉਹਨੂੰ ਸਭ ਗੱਲਾਂ ਦਾ ਕਿਤਾਬੀ ਗਿਆਨ ਸੀ ਕਈ ਵਾਰ ਉਹ ਆਪਣੇ ਮਨ ਮਨ ਵਿੱਚ ਹੀ ਪਹਾੜ ਤੇ ਸਮੁੰਦਰ ਦਾ ਮੁਕਾਬਲਾ ਕਰਦਾ ਪਹਾੜ ਅਹਲ ਹੈ ਸਮੁੰਦਰ ਹਿੱਲਦਾ ਹੈ ਗਰਜਦਾ ਹੈ ਝੱਗਾ ਸਿੱਟਦਾ ਹੈ ਪਹਾੜ ਥੋਸ ਤੇ بے ਜਾਨ ਹੈ ਪਰ ਸਮੁੰਦਰ ਵਿੱਚ ਜੀਵਨ ਦਾ ਸਾਹ ਹੈ ਸਮੁੰਦਰ ਦੀ ਆਪਣੀ ਹੀ ਦੁਨੀਆ ਇਸ ਧਰਤੀ ਨਾਲੋਂ ਵੀ ਵੱਡੀ ਦੁਨੀਆ ਉਸ ਤੋਂ ਵਾਸਤੇ ਜੀਵਾ ਜੰਤੂਆਂ ਦਾ ਸੰਸਾਰ ਵਧੇਰੇ ਵਿਚਿੱਤਰ ਤੇ ਨਿਰਾਲਾ ਹੈ ਇਸ ਚ ਖੋਗੇ ਸਿੱਪੀਆਂ ਮੋਤੀ ਮੁੰਗੇ ਤੇ ਅਨੇਕਾਂ ਕਿਸਮਾਂ ਦੀਆਂ ਮੱਛੀਆਂ ਤੇ ਅਣਗਿਣਤ ਭਾਂ ਦੀ ਜੀਵਨ ਲੀਲਾ ਹੈ ਇਹ ਦੇਖਣ ਦੀਆਂ ਦੀ ਹਵਾ ਫੇਫੜਿਆਂ ਲਈ ਬਹੁਤ ਚੰਗੀ ਹੁੰਦੀ ਹੈ ਪਾਣੀ ਦਾ ਤੱਟ ਸਾਨੂੰ ਜੀਵਨ ਦੇ ਮੁੱਢ ਤੇ ਕੁਦਰਤ ਦੇ ਦਿਲ ਦੇ ਰਾਜ਼ ਦੇ ਨੇੜੇ ਲੈ ਕੇ ਜਾਂਦਾ ਹੈ ਇਸੇ ਕਰਕੇ ਸਾਡੇ ॠषि मुनि ਪਾਣੀ ਦੇ ਕੰਢੇ ਆਸ਼ਰਮ ਬਣਾਉਂਦੇ ਸਨ ਜਦੋਂ ਮੈਂ ਰਟਾਇਰ ਹੋਇਆ ਤਾਂ ਮੈਂ ਵੀ ਪਾਣੀ ਦੇ ਕੰਢੇ ਆਪਣੀ ਝੁੱਗੀ ਭਾਵਾਂਗਾ ਭਾਵੇਂ ਦਰਿਆ ਦੇ ਕੰਢੇ ਭਾਵੇਂ ਝੀਲ ਦੇ ਭਾਵੇਂ ਸਮੁੰਦਰ ਦੇ ਤੇ ਭਾਵੇਂ ਟੋਬੇ ਦੇ ਉਹ ਆਪਣੇ ਮਨ ਚ ਜਈਆਂ ਲੰਮੀਆਂ ਚੌੜੀਆਂ ਦਲੀਲਾਂ ਮਿੱਥਦਾ ਤੇ ਪਿੰਡ ਦੇ ਲੋਕਾਂ ਨਾਲ ਸਲਾਹਾਂ ਪਕਾਉਂਦਾ ਪਰ ਹਰ ਸਾਲ ਉਹਦੀਆਂ ਗਰਮੀਆਂ ਦੀਆਂ ਛੁੱਟੀਆਂ ਇਸੇ ਤਰ੍ਹਾਂ ਬੋੜ ਦੇ ਬੈਠ ਕੇ ਹੁੱਕਾ ਪੀਂਦੇ ਆ ਤੇ ਅਖਬਾਰ ਪੜ੍ਹਦੇ ਆਂ ਕੱਟੀਆਂ ਜਾਂਦੀਆਂ ਇਸ ਪਿੱਛੋਂ ਸਕੂਲ ਖੁੱਲ ਜਾਂਦੇ ਤੇ ਉਹ ਮੂਡ ਜਿਓਗ੍ਰਾਫੀ ਦੇ ਸਵਾਲ ਸਮਝਾਉਣ 'ਚ ਰੁੱਝ ਜਾਂਦਾ ਹੁਣ 2 ਸਾਲ ਤੋਂ ਮਾਸਟਰ ਅਲ라 ਰਾਮ 20 ਰੁਪਏ ਮਹੀਨਾ ਪੈਨਸ਼ਨ ਉਤੇ ਰਿਟਾਇਰ ਹੋ ਗਿਆ ਸੀ। ਹੁਣ ਉਹਦੀ ਕਬੀਲਦਾਰੀ ਦਾ ਕੋਈ ਰੇੜਕਾ ਨਹੀਂ ਸੀ। ਚਿਰ ਹੋਇਆ ਉਹਦੀ ਪਤਨੀ ਦਾ ਦੇਹਾਂਤ ਹੋ ਚੁੱਕਾ ਸੀ। ਦੋਵੇਂ ਕੁੜੀਆਂ ਵਿਆਹੀਆਂ ਪਰਨਾਈਆਂ ਗਈਆਂ ਸਨ ਤੇ ਮੁੰਡਾ ਡਾਕਖਾਨੇ 'ਚ ਨੌਕਰ ਸੀ। ਹੁਣ ਉਹਦਾ ਕਈ ਵਾਰੀ ਜੀ ਕਰਦਾ ਵੀ ਕਿਤੇ ਬਾਹਰ ਘੁੰਮਣ ਫਿਰਨ ਜਾਵੇ ਪਰ ਕਦੀ ਇੰਨੇ ਪੈਸੇ ਨਹੀਂ ਸੀ ਹੋਏ ਜੋ ਦੇਸ਼ ਯਾਤਰਾ ਦੀ ਇਹ ਸੱਦਰ ਪੂਰੀ ਕਰ ਸਕੇ। ਹੁਣ ਉਹਨੂੰ ਵੇਲ ਸੀ ਪਰ ਕੋਲ ਪੈਸੇ ਨਹੀਂ ਸੀ। ਇੱਕ ਦਿਨ ਅਚਾਨਕ ਉਹਨੇ ਅਖਬਾਰ ਚ ਪੜਿਆ ਕਿ ਰੇਲਵੇ ਨੇ ਸ਼ਤਾਬਦੀ ਟਿਕਟ ਜਾਰੀ ਕੀਤੇ ਹਨ ਜਿਨ੍ਹਾਂ ਨਾਲ 30 ਰੁਪਏ ਖਰਚ ਕੇ 15 ਦਿਨ ਲਈ ਬੰਦਾ ਦੇਸ਼ ਦੇ ਇੱਕ ਵੱਡੇ ਭਾਗ 'ਚ ਜਿੱਥੇ ਮਰਜ਼ੀ ਘੁੰਮ ਆਵੇ ਗਵਰਨਮੈਂਟ ਨੇ ਇਹਦੇ ਸਾਰੇ ਅਖਬਾਰਾਂ 'ਚ ਬਹੁਤ ਚੰਗੀ ਤਰ੍ਹਾਂ ਡੌਂਡੀ ਪਿੱਟੀ ਵੱਡੀਆਂ-ਵੱਡੀਆਂ ਸੁਰਖੀਆਂ 'ਚ ਜੈ ਇਸ਼ਤਿਹਾਰ ਛਾਪੇ 30 ਰੁਪਏ ਖਰਚ ਕੇ ਸ਼ਤਾਬਦੀ ਟਿਕਟ ਖਰੀਦੋ ਤੇ ਦੇਸ਼ ਦੀ ਸੈਰ ਕਰੋ ਰੇਲਾ ਰਾਮ ਨੇ ਉਸੇ ਵਿਲੇਸ਼ ਸ਼ਤਾਬਦੀ ਟਿਕਟ ਦੀ ਸਾਰੀ ਵਾਕਫੀ ਮੰਗਵਾਈ ਉਹਨੇ ਨਕਸ਼ੇ ਉੱਤੇ ਉਹਨਾਂ ਸਭਨਾ ਥਾਵਾਂ ਉੱਤੇ ਨਿਸ਼ਾਨ ਲਾਏ ਜਿਨ੍ਹਾਂ ਨੂੰ ਉਹ ਇੱਕ ਟਿਕਟ ਵਿੱਚ ਵੇਖ ਸਕਦਾ ਸੀ। ਸਮੁੰਦਰ ਵੇਖਣ ਦੀ ਇੱਛਾ ਤਾਂ ਦੱਬੀ ਹੋਈ ਰਹੀ ਜਮੜ ਉਹਦੇ ਮਨ 'ਚ ਜਾਗ ਉੱਠੀ। ਸਾਰਾ ਹਿਸਾਬ ਜੋੜ ਕੇ ਉਹਨੇ ਬੰਬਈ ਵਾਲੇ ਪਾਸੇ ਦਾ ਸ਼ਤਾਬ ਦੀ ਟਿਕਟ ਲੈਣ ਦਾ ਫੈਸਲਾ ਕੀਤਾ ਤੇ ਆਪਣੇ ਮਨ 'ਚ ਇਸ ਤਰ੍ਹਾਂ ਪ੍ਰੋਗਰਾਮ ਬਣਾਇਆ। ਸਭ ਤੋਂ ਪਹਿਲਾਂ ਬੰਬਈ ਜਾਵਾਂਗਾ, ਉੱਥੇ ਸਮੁੰਦਰ ਦੇ ਦਰਸ਼ਨ ਕਰਾਂਗਾ, ਕੰਢੇ ਉੱਤੇ ਖੜੋ ਕੇ ਦੂਰ ਤੱਕ ਵਿੱਚੇ ਨੀਲੇ ਪਾਣੀ ਨੂੰ ਤੱਕਾਂਗਾ। ਅਥਾ ਅਮੁਕ ਦੇਸwidehat ਦੇ ਤੀਖ ਫੈਲੇ ਨੀਲੇ ਪਾਣੀ ਨੂੰ ਕਿੰਨਾ ਸੁੰਦਰ ਦ੍ਰਿਸ਼ ਹੋਏਗਾ ਮੁਰਦਾ ਹੋਇਆ ਇਤਿਹਾਸਿਕ ਥਾਵਾਂ ਤਾਜ ਮਹਿਲ ਤੇ ਮੰਦਰਾਂ ਦੀ ਯਾਤਰਾ ਵੀ ਕਰਨ। ਇਹ ਸੋਚ ਕੇ ਉਹ ਨਿਸ਼ਦਾਬ ਦੀ ਟਿਕਟ ਖਰੀਦ ਲਿਆ ਪੰਜਾਬ ਮੇਲ ਚ ਚੜ ਬੈਠਾ। ਉਹਨੂੰ ਸੁਪਨੇ ਚ ਵੀ ਇਹ ਖਿਆਲ ਨਹੀਂ ਸੀ ਆਇਆ ਜੋ ਗੱਡੀ ਚ ਇੰਨੀ ਭੀੜ ਹੋਏਗੀ। ਸਾਰੀ ਉਮਰ ਪਿੰਡ ਰਹਿਣ ਕਰਕੇ ਉਹ ਬੜਾ ਸੁਸਤ ਤੇ ਧੀਮੀ ਰਫਤਾਰ ਦਾ ਆਦਤੀ ਸੀ। ਬਹੁਤ ਰੌਲੇ ਰੱਪੇ ਤੇ ਸ਼ੋਰ ਸ਼ਰਾਬੇ ਤੇ ਇਕੱਠ ਤੋਂ ਦੂਰ ਹੀ ਰਹਿਣਾ ਪਸੰਦ ਕਰਦਾ ਸੀ। ਹੁਣ ਜਦੋਂ ਉਹ ਭੀੜ ਭੜਕ ਕੇ ਚ ਖੜਾ ਹੋਣਾ ਪਿਆ ਤਾਂ ਉਹ ਦਸਾ ਘੁੱਟਿਆ ਜਾਣ ਲੱਗਾ ਉਹਨੇ ਪਮਤਰੀ ਹੋਏ ਆਪਣੇ ਆਲੇ ਦੁਆਲੇ ਤੱਕਿਆ ਲੋਕ ਇੱਕੋ ਸਾ ਗੱਲਾਂ ਕਰ ਰਹੇ ਸਨ ਇੱਕ ਦੂਜੇ ਉੱਤੇ ਖੇਜ ਰਹੇ ਸਨ ਇੱਕ ਦੂਜੇ ਨਾਲ ਖੇਬੜ ਰਹੇ ਸਨ ਇਹ ਸਭ ਲੋਕ ਕਿੱਧਰ ਜਾ ਰਹੇ ਸਨ ਉਹਨੇ ਸਭ ਨਾਲ ਉੱਤੇ ਇੱਕ ਝਾਤ ਸੁੱਟੀ ਕੋਈ ਰੁਪਏ ਗਰਾਉਣ ਜਾ ਰਿਹਾ ਸੀ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਕੋਈ ਤੀਰਥ ਯਾਤਰਾ ਕਰਨ ਕੋਈ ਕਿਸੇ ਕੰਮ ਕੋਈ ਕਿਸੇ ਕੰਮ ਪਰ ਹਰ ਇੱਕ ਦੇ ਦਿਲ 'ਚ ਕੋ ਖਿਆਲ ਕੰਮ ਕਰ ਰਿਹਾ ਸੀ ਇਨਾ 3 ਰੁਪਈਆ ਦੀ ਟਿਕਟ ਨਾਲ ਜਿੰਨੀ ertid te ਘੁੰਮਿਆ ਜਾ ਸਕਦਾ ਘੁੰਮ ਲਈਏ ਇਸ ਟਿਕਟ ਚੋ ਜਿੰਨਾ ਸਫਰ ਨਚੋੜਿਆ ਜਾ ਸਕਦਾ ਨਚੋੜ ਲਈਏ ਪਰ ਟਿਕਟਾਂ ਚੋ ਸਫਰ ਨਚੋੜਨ ਦੀ ਥਾਂ ਟਿਕਟ ਮੁਸਾਫਰਾ ਨੂੰ ਨਚੋੜ ਰਹੇ ਸਨ ਇੱਕ ਆਦਮੀ ਦਾ ਬਟੂਆ ਗਵਾਚ ਗਿਆ ਸੀ ਇੱਕ ਦੀ ਜੇਬ ਕੱਟੀ ਗਈ ਸੀ ਇੱਕ ਤੀਵੀ ਦੀ ਚੁੰਨੀ ਲੀਰਾਂ ਲੀਰਾਂ ਹੋ ਗਈ ਸੀ ਇੱਕ ਮੋٹے ਬਾਨੀਏ ਦੀ ਸੁਰਾਈ ਦੀ ਗਰਦਨ ਟੁੱਟ ਗਈ ਸੀ ਤੇ ਉਹ ਬੈਠਾ ਗਵਰਨਮੈਂਟ ਨੂੰ ਪੁਣ ਰਿਹਾ ਸੀ ਇੱਕ ਬੁੱਢਾ ਤੀਰਥ ਯਾਤਰਾ ਦੇ ਮਹਾਤਮ ਗਿਣਾ ਰਿਹਾ ਸੀ ਉਹ ਗੱਡੀ ਦੇ ਸਫ਼ਰ ਦਾ ਜੀਵਨ ਦੇ ਸਫ਼ਰ ਨਾਲ ਮੁਕਾਬਲਾ ਕਰ ਰਿਹਾ ਸੀ ਬਸ ਜੀ ਦੋ ਘੜੀ ਦਾ ਮਿਲ ਹੈ ਕਿਹੜਾ ਗੱਡੀ 'ਚ ਹੀ ਬੈਠੇ ਰਹਿਣਾ ਬਸ ਇਸੇ ਤਰ੍ਹਾਂ ਰਲ ਮਿਲ ਕੇ ਕੱਟ ਲਓ ਠੀਕ ਹੈ ਜੀ ਇਹ ਸੰਸਾਰ ਵੀ ਗੱਡੀ ਦਾ ਰੂਪ ਹੈ ਇੱਥੇ ਕਿਹੜਾ ਕਿਸੇ ਬੈਠੇ ਰਹਿਣਾ ਹੈ ਬਸ ਬਿੰਦ ਛੱਟ ਦੀ ਖੇਡ ਹੈ ਕਰਮ ਆਵਾਗਵਨ ਦਾ ਚੱਕਰ ਸੰਸਾਰ ਦਾ ਮਾਇਆ ਰੂਪੀ ਜਨ ਯੋਗ ਖਟ ਸ਼ਾਸਤਰ ਗੂੜ ਗਿਆਨ ਸਭ ਵਿਸ਼ਿਆਂ ਉੱਤੇ ਬੈਸਾਂ ਹੋ ਰਹੀਆਂ ਸਨ ਕਬੀਰ ਦੇ ਦੋਹਿਆਂ ਤੇ ਸੂਰਦਾਸ ਦੇ ਪਦਾਂ ਦੇ ਉਦਾਹਰਨ ਦੇ ਕੇ ਉਹ ਸਾਬਤ ਕੀਤਾ ਜਾ ਰਿਹਾ ਸੀ ਕਿ ਜੀਵਨ ਦੀ ਰੇਲ ਗੱਡੀ ਦੇ ਸਫ਼ਰ ਵਾਂਗ ਹੀ ਹੈ ਫਿਰ ਕਿਉਂ ਲੜਦੇ ਹੋ ਥਾਂ ਲਈ ਬਸ ਦੋ ਚਾਰ ਘੜੀ ਦੀ ਗੱਲ ਹੈ ਫਿਰ ਸਭ ਯਾਤਰੀ ਉਤਰ ਜਾਣਗੇ ਤੇ ਗੱਡੀ ਖਾਲੀ ਹੋ ਜਾਏਗੀ ਫਿਰ ਇਹ ਲੜਾਈ ਝਗੜਾ ਕਿਉਂ ਇਹ ਤੂੰ ਤੂੰ ਮੈਂ ਮੈਂ ਕਿਉਂ ਦੋ ਚਾਰ ਘੜੀ ਦਾ ਮੇਲਾ ਇਸੇ ਤਰ੍ਹਾਂ ਮਿਲ ਮਿਲਾ ਕੇ ਕੱਟ ਲਓ ਰਲਾ ਰਾਮ ਨੇ ਵੀ ਵੱਡੀ ਆਪਰੀ ਠੀਕ ਹੈ ਰਤਾ ਕੋ ਥਾਂ ਲਈ ਕਿਉਂ ਲੜਨਾ ਤੇ ਕਲਪਨਾ ਕਿਹੜਾ ਸਦਾ ਲਈ ਇੱਥੇ ਬੈਠੇ ਰਹਿਣਾ ਦੋ ਚਾਰ ਘੜੀ ਹੋ ਰੋਕੇ ਹੋ ਲੋ ਫੇਰ ਠੰਡੀ ਹਵਾ ਖੁੱਲਾ ਵਾਯੂ ਮੰਡਲ ਤੇ ਸਮੁੰਦਰ ਦੀਆਂ ਲਹਿਰਾਂ ਉਹਨੇ ਆਪਣੇ ਮਨ ਦੇ ਅੰਦਰ ਆਪਣਾ ਪ੍ਰੋਗਰਾਮ ਮੁੜ ਦੁਹਰਾਇਆ ਬੰਬਈ ਵਿੱਚ ਸਭ ਥਾਵਾਂ ਵੇਖਾਂਗਾ ਸਮੁੰਦਰ ਦੇ ਕੰਢੇ ਰੱਜ ਕੇ ਸੈਰ ਕਰਾਂਗਾ ਸਮੁੰਦਰ ਦੀ ਹਵਾ ਸੇਤ ਲਈ ਬੜੀ ਚੰਗੀ ਹੈ ਫੇਫੜਿਆਂ ਲਈ ਤਾਂ ਬਹੁਤ ਹੀ ਮਫੀਦ ਹੁੰਦੀ ਹੈ ਇਕਦਮ ਉਹਦੇ ਫੇਫੜਿਆਂ 'ਚ ਕੋਈ ਤੇਜ਼ ਕਾਤੀ ਜੀ ਖੁੱਭ ਗਈ ਉਹਦਾ ਸਾਹ ਘੁੱਟਿਆ ਗਿਆ ਗੱਡੀ ਇਕ ਤਿੱਖਾ ਮੋੜ ਘੱਟ ਰਹੀ ਸੀ ਤੇ ਇੱਕ ਪਾਸੇ ਨੂੰ ਝੂਲ ਗਈ ਸੀ। ਇੱਕ ਆਦਮੀ ਨੇ ਜੋ ਰਲਾਰਾਮ ਦੇ ਨੇੜੇ ਖੜਾ ਸੀ ਆਪਣੇ ਕੋਹਣੀ ਰਲਾਰਾਮ ਦੀਆਂ ਪਸਲੀਆਂ 'ਚ ਗੱਡ ਦਿੱਤੀ। ਰਲਾਰਾਮ ਤੜਫਿਆ ਉੱਚੀ ਦੇਣੀ ਮਿਆਂਕਿਆ ਉਹ ਉਹ ਬੜੀ ਇੱਕ ਕਰਾਰੀ ਆਵਾਜ਼ ਉੱਚੀ ਦੇਣੀ ਗੂੰਜੀ। ਭਰਾਓ ਚਾਰ ਘੜੀਆਂ ਦਾ ਮੇਲਾ ਕਿਉਂ ਥਾਂ ਲਈ ਲੜ-ਲੜ ਮਰਦੇ ਹੋ? ਰਲਾਰਾਮ ਹੂੰਗਰ ਮਾਰਦਾ ਰਿਹਾ ਗੱਡੀ ਉਸੇ ਤਰ੍ਹਾਂ ਦੌੜਦੀ ਰਹੀ ਬਹੁਤ ਚਿਰ ਪਿਛੋਂ ਪਤਾ ਨਹੀਂ ਕਦੋਂ ਗੱਡੀ ਖੋਜ ਕੇ ਨਾਲ ਖੜੋ ਗਈ। ਨੇ ਆਪਣੀਆਂ ਅੱਖਾਂ ਝਮਕੀਆਂ ਜੋ ਗੇਰੂ ਵਾਂਗ ਲਾਲ ਸਨ ਤੇ ਪੁੱਛਿਆ ਕਿਹੜਾ ਸਟੇਸ਼ਨ ਹੈ ਚਾਂਸੀ ਦਾ ਉਹਨੂੰ ਚਾਂਸੀ ਦੀ ਰਾਣੀ ਚਾਂਸੀ ਦਾ ਇਤਿਹਾਸ ਤੇ ਨਾਲ ਹੀ ਚਾਂਸੀ ਦੀ ਰਾਣੀ ਦੀ ਬਹਾਦਰੀ ਦੇ ਸਭ ਕિસ્ਸੇ ਚੇਤੇ ਆ ਗਏ ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਸਾਰੀ ਕਹਾਣੀ ਅੱਖਾਂ ਅੱਗੇ ਫਿਰ ਗਈ ਆਜ਼ਾਦੀ ਚਾਂਸੀ ਇਸੇ ਨੇ ਆਜ਼ਾਦੀ ਦਾ ਪਹਿਲਾ ਨਾਰਾ ਦਿੱਤਾ ਸੀ ਚਾਂਸੀ ਦਾ ਸਟੇਸ਼ਨ ਲੰਘੇ ਆਜ਼ਾਦੀ ਦਾ ਨਾਰਾ ਵੀ ਪਿੱਛੇ ਰਹਿ ਗਿਆ ਹੱਫ ਸਟੇਸ਼ਨ ਉਤੇ ਥੋੜੇ ਜੇ ਮੁਸਾਫਰ ਲੱਥਦੇ ਪਰ ਉਹਨਾਂ ਦੀ ਥਾਂ ਮੱਲਣ ਲਈ ਸੰਕੜੇ ਲੋਕ ਹੱਲਾ ਬੁਲਦਦੇ ਉਹ ਭੁੱਖੀਆਂ ਅੱਖਾਂ ਨਾਲ ਗੱਡੀ ਤੇ ਚੱਪਟਦੇ ਉਹਨਾਂ ਦੇ ਮੂੰਹ ਤਪੇ ਹੋਏ ਤਾਂਬੇ ਵਾਂਗ ਗੁੱਸੇ ਨਾਲ ਦਗਦੇ ਹੁੰਦੇ ਗੱਡੀ ਕੂਕ ਮਾਰ ਕੇ ਹੌਲੀ ਹੌਲੀ ਤੁਰਨ ਲੱਗਦੀ ਮੁਸਾਫਰ ਸਿਰਾਂ ਤੇ ਗੰਡਣੀਆਂ ਟਰੰਕ ਚੁੱਕੀ ਕੁਝ ਦੂਰ ਤੱਕ ਗੱਡੀ ਦੇ ਨਾਲ-ਨਾਲ ਦੌੜਦੇ ਪਰ ਫਿਰ ਹੱਫ ਜਾਂਦੇ ਪਿੱਛੇ ਰਹਿ ਜਾਂਦੇ ਕੁਝ ਲੋਕ ਚੱਲਦੀ ਗੱਡੀ ਨਾਲ ਚੰਬੜ ਜਾਂਦੇ ਪਰ ਜਿਵੇਂ ਤੇਜ਼ ਘੁੰmdi ਖਰਾਦ ਉਤੇ ਫालतू ਛਿਲਤਰਾਂ ਲੱਤ ਕੇ ਡਿੱਗ ਪੈਂਦੀਆਂ ਹਨ ਇਸੇ ਤਰ੍ਹਾਂ ਫालतू ਮੁਸਾਫਰ ਪਲੇਟਫਾਰਮ ਉਤੇ ਡਿੱਗ ਪੈਂਦੇ ਮੁਸਾਫਰਾਂ ਦੀ ਗਿਣਤੀ ਉਨੀ ਰਹਿੰਦੀ ਮਾਦਾ ਠੋਸ ਹਕੀਕਤ ਹੈ ਨਾ ਨਾ ਹੀ ਘਟਦਾ ਨਾ ਵਧਦਾ ਇਹ ਕੁਦਰਤ ਦਾ ਕਾਨੂੰਨ ਹੈ ਇਹੋ ਕਾਨੂੰਨ ਗੱਡੀ ਦਾ ਸੀ ਮੁਸਾਫਰਾਂ ਦੀ ਗਿਣਤੀ ਨਾ ਘਟਦੀ ਸੀ ਨਾ ਵਧਦੀ ਸੀ ਤੁਹਾਨੂੰ ਆਦਤ ਚਲਦਾ